ਜਿਹਦਾ ਜਗ ਪਰਵਾਨਾ ਏ, ਜਿਹਦਾ ਜਗ ਪਰਵਾਨਾ ਏ, ਉਹ ਬਾਬਾ ਜ਼ਹਰਾ ਦਾ ਇਹਨਾਂ ਸੈਯਦਾਂ ਦਾ ਨਾਨਾ ਏ, ਉਹ ਬਾਬਾ ਜ਼ਹਰਾ ਦਾ ਹਸਨੈਨ ਦਾ ਨਾਨਾ ਏ, ਸਰਗੀ ਦਾ ਤਾਰਾ ਏ, ਤਾਰਾ ਏ, ਸਰਗੀ ਦਾ ਤਾਰਾ ਏ, ਹੁਕਮ ਦੀ ਵਾਲਣਿਆ ਸਾਨੂੰ ਤੇਰਾ ਸਹਾਰਾ ਏ, ਉਹ ਕਮਲੀ ਵਾਲੜਿਆ ਸਾਨੂੰ ਤੇਰਾ ਸਹਾਰਾ ਏ, ਲਜਪਾਲਾ ਮੰਦਿਆਂ ਨੂੰ ਗਲ ਲਾਉਣਾ, ਕੰਮ ਲਜਪਾਲਾ ਦਾ ਲਜਪਾਲ ਲਜਪਾਲ ਚ ਹੋਇਓ ਸੋਹਣਿਆ ਰੱਬ ਕੋਲੋ, ਜਿਹੜੀ ਗੱਲ ਮਨਵਾਏ ਮਨਵਾ ਸਕਦੇ ਉਹ ਤੇਰੀ ਅਰਸ਼ ਫਰਸ਼ ਪਈ ਪਈ ਹੈ, ਇਹ ਗੁਨਾਹਗਾਰ ਛੁੜਾਏ ਛੁੜਵਾ ਸਕਦੇ ਤੇ ਸਾਰੀ ਸਾਰੀ ਉਮਰ ਚੋਕੀ ਤੇ ਅਸਾਂ ਅਮਲ ਬੁਰੇ, ਤੂੰ ਸਾਡੇ ਨੇਕ ਲਿਖਾਏ ਲਿਖਵਾ ਸਕਦੇ, ਹੱਥੋਂ ਖੜਾ ਕਰੇ ਜਿਹਨੇ ਮਦੀਨੇ ਜਾਣਾ ਹੈ, ਅਸਾਸੀਆ ਪਰਵਾਲਿਆਂ ਨੂੰ ਸੋਨਾ ਦਰ ਤੇ ਬੁਲਾਏ ਬੁਲਵਾ ਸਕਦੇ, ਪੜੋ ਸੱਲਲਾਹੁ ਅਲੈਹਿ ਯਾ ਰਸੂਲ ਅੱਲਾ ਸੱਲਮ ਅਲੈਹਿ ਯਾ ਹਬੀਬ ਅੱਲਾ, ਲਾ ਇਲਾਹ ਇਲੱਲਾਹ, ਲਾ ਇਲਾਹ ਇਲੱਲਾਹ, ਲਾ ਇਲਾਹ ਇਲੱਲਾਹ, ਲਾ ਇਲਾਹ ਗੋਦ ਖਦਾਏ ਪੜ ਲੋਲਾ ਇਲਾਹ ਇਲੱਲਾ ਇਲਾਹ ਇਲੱਲਾ ਇਲਾਹ ਇਲੱਲਾ, ਹੁਸੈਨ ਪਾਕ ਸੇ ਹੁਸੈਨ ਪਾਕ ਸੇ ਪੁੱਛਾ ਕੁਛ ਬਚਾਇਆ ਵੀ ਹੈ ਤੋ ਸਰ ਕਟਾ ਕੇ ਕਹਾ
मुस्तफा ने कहा ला किसी ने पूछा हसन से ये कुछ बचा भी है तो सर उठा के कहा याद रहेगा आपको सुनाने और मैंने पीर साहब को ये शेर डेडिकेट करना है। एक दफा ऊंची आवाज में सुभान अल्लाह कहने लगा, एक दफा ऊंची आवाज में जिसे नसीब नहीं था जिसे नसीब नहीं है रसूल उसे नसीब कहा पाक जिसो कहना दे दाना बखराए मनोला अगर आले रसूल तो अज़ाम में हो